ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਰਸਤੇ ਦੇ ਵਿੱਚ ਹੀ ਕਾਰ ਕਈ ਪਲਟੀਆਂ ਖਾ ਕੇ ਮੁੱਦੀ ਹੋ ਗਈ ਹੈ। ਤਾਂ ਦੱਸ ਦਈਏ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਚਾਰ ਨੌਜਵਾਨ ਕਸੋਲੀ ਜਾ ਰਹੇ ਸੀ ਘੁੰਮਣ ਦੇ ਲਈ। ਐਤਵਾਰ ਦਾ ਦਿਨ ਸੀ ਤੇ ਸਵੇਰੇ ਤੜਕੇ ਘਰੋਂ ਨਿਕਲੇ ਸੀ, ਪਰ ਰਸਤੇ ਦੇ ਵਿੱਚ ਹੀ ਅਚਾਨਕ ਜੋ ਗੱਡੀ ਚਲਾ ਰਿਹਾ ਸੀ ਨੌਜਵਾਨ ਉਸਦੀ ਅੱਖ ਲੱਗ ਜਾਂਦੀ ਹੈ, ਜਿਸ ਦੇ ਕਾਰਨ ਗੱਡੀ ਫੁੱਟਪਾਥ ਤੇ ਚੜ੍ਹਨ ਤੋਂ ਬਾਅਦ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਵਿਚਕਾਰ ਜਾ ਕੇ ਮੁੱਦੀ ਹੋ ਜਾਂਦੀ ਹੈ। ਤਾਂ ਭਿਆਨਕ ਸੜਕ ਹਾਦਸਾ ਚੰਡੀਗੜ੍ਹ ਦੇ ਸੈਕਟਰ 26 ਤੇ ਵਾਪਰਿਆ, ਜਿੱਥੇ ਕਿ ਅਚਾਨਕ ਹੀ ਇੱਕ ਸਵਿਫਟ ਕਾਰ ਸੜਕ ਦੇ ਉੱਤੇ ਮੁੱਦੀ ਹੋ ਗਈ ਹੈ, ਕਈ ਪਲਟੀਆਂ ਇਸਨੇ ਖਾਧੀਆਂ। ਦੱਸ ਦਈਏ ਕਿ ਚਾਰ ਨੌਜਵਾਨ ਲੁਧਿਆਣਾ ਤੋਂ ਸਵੇਰੇ ਸਵੇਰੇ ਨਿਕਲੇ ਸੀ ਹਿਮਾਚਲ ਪ੍ਰਦੇਸ਼ ਦੇ ਕਸੋਲੀ ਜਾਣ ਦੇ ਲਈ, ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਕਾਰ ਚਲਾ ਰਿਹਾ ਸੀ ਨੌਜਵਾਨ ਉਸਦੀ ਅਚਾਨਕ ਹੀ ਅੱਖ ਲੱਗ ਜਾਂਦੀ ਹੈ। ਅੱਖ ਲੱਗਣ ਤੋਂ ਬਾਅਦ ਜਿੱਥੇ ਉਸਨੇ ਬ੍ਰੇਕ ਦੱਬਣੀ ਹੁੰਦੀ ਹੈ ਉੱਥੇ ਰੇਸ ਦੱਬ ਦਿੰਦਾ, ਰੇਸ ਦੇ ਕਾਰਨ ਹੀ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ ਸਟੇਅਰਿੰਗ ਘੁੰਮਦਾ ਅਤੇ ਫੁੱਟਪਾਥ 'ਤੇ ਚੜ੍ਹ ਜਾਂਦਾ। ਫੁੱਟਪਾਥ 'ਤੇ ਚੜ੍ਹਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਗੱਡੀ ਕਈ ਪਲਟੀਆਂ ਖਾਂਦੀ ਹੋਈ ਜਾ ਕੇ ਸੜਕ ਦੇ ਵਿਚਕਾਰ ਹੀ ਮੁੱਦੀ ਹੋ ਜਾਂਦੀ ਹੈ। ਹਾਲਾਂਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਚਾਰੋਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਹਾਦਸੇ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਕਈ ਪਲਟੀਆਂ ਖਾ ਕੇ ਇਹ ਗੱਡੀ ਜੋ ਸੜਕ ਦੇ ਵਿਚਕਾਰ ਮੁੱਦੀ ਹੋਈ ਹੈ। ਹਾਲਾਂਕਿ ਸਵਿਫਟ ਗੱਡੀ ਹੈ ਜੋ ਕਿ ਹੁਣ ਪਹਿਚਾਣੀ ਵੀ ਨਹੀਂ ਜਾ ਰਹੀ। ਤਾਂ ਦੱਸ ਦਈਏ ਕਿ ਪੂਰਾ ਹੀ ਅਗਲਾ ਹਿੱਸਾ ਨੁਕਸਾਨਿਆ ਗਿਆ, ਗੱਡੀ ਦੇ ਏਅਰ ਬੈਗ ਤੱਕ ਖੁੱਲ੍ਹ ਗਏ ਨੇ, ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਚਾਰੋਂ ਹੀ ਨੌਜਵਾਨਾਂ ਦੇ ਹਲਕੀਆਂ ਸੱਟਾਂ ਲੱਗੀਆਂ ਨੇ, ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਕਸੋਲੀ ਹਿਮਾਚਲ ਪ੍ਰਦੇਸ਼ ਘੁੰਮਣ ਜਾ ਰਹੇ ਸੀ, ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ। ਤਾਂ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।